ਪੰਜਾਬੀ ਖਬਰਾਂ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਹੋਸ ਪਰਮਜੀਤ ਸਿੰਘ ਭਗਨਾ। ਸਭ ਤੋਂ ਪਹਿਲਾਂ ਨਿਗਾਹ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ। ਪੰਜਾਬ ਵਿੱਚ ਖੁੱਲ ਸਕਦੇ ਨੇ ਹੋਟਲ ਤੇ ਮੈਰਿਜ ਪੈਲਸ। ਰਾਜ ਸਰਕਾਰ ਕਰ ਰਹੀ ਹੈ ਤਿਆਰੀਆਂ। ਖਾਤੇ ਵਿੱਚ ਨਹੀਂ ਆਏ ਪੀਐਮ ਕਿਸਾਨ ਸਨਮਾਨ ਨਿਧੀ ਦੇ ਪੈਸੇ ਤਾਂ ਕਰੋ ਕਾਲ। ਹਰਿਆਣਾ 'ਚ ਵਿਗੜਨ ਲੱਗੇ ਹਾਲਾਤ। ਇੱਕੋ ਦਿਨ 'ਚ ਆਏ 111 ਨਵੇਂ ਕੇਸ। ਕੁੱਲ ਗਿਣਤੀ 2202। ਮਹਾਰਾਸ਼ਟਰ ਸਰਕਾਰ ਨੇ ਇਹਨਾਂ ਦਿਸ਼ਾ ਨਿਰਦੇਸ਼ਾਂ ਨਾਲ ਫਿਲਮਾਂ ਟੀਵੀ ਸ਼ੋਅ ਦੀਆਂ ਸ਼ੂਟਿੰਗਾਂ ਨੂੰ ਦੇ ਦਿੱਤੀ ਇਜਾਜ਼ਤ। ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਫੈਸਲਾ। ਫਸਲਾਂ ਦਾ ਭਾਅ 1.5 ਗੁਣਾ ਵੱਧ। ਆਪਰੇਸ਼ਨ ਬਲੂ ਸਟਾਰ ਦੀ ਬਰਸੀ ਬਾਰੇ ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼। ਲਾਕਡਾਊਨ 5 ਨਾਲ 8 ਟ੍ਰੇਨਾਂ ਦੀ ਹੋਈ ਸ਼ੁਰੂਆਤ। ਲੁਧਿਆਣਾ 'ਚ ਵੀ ਹੋਵੇਗਾ ਸਟਾਪੇਜ। ਬਟਾਲਾ 'ਚ ਵਪਾਰੀ ਦੇ ਘਰੇ ਚਿੱਟੇ ਦਿਨ 'ਚ ਵੱਜਿਆ ਡਾਕਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਸਰਕਾਰ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਮੁੱਖ ਰੱਖਦਿਆਂ ਤਾਲਾਬੰਦੀ ਤੋਂ ਬਾਅਦ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹ ਤੇ ਲਿਆਉਣ ਵਾਸਤੇ ਕੁਝ ਢਿੱਲਾਂ ਦੇਣ ਦਾ ਫੈਸਲਾ ਕਰ ਲਿੱਤਾ, ਜਿਹਦੇ ਤਹਿਤ ਪੰਜਾਬ ਵਿੱਚ ਮੈਰਿਜ ਪੈਲਸ, ਰੈਸਟੋਰੈਂਟ ਤੇ ਵੱਡੇ ਹੋਟਲ ਖੋਲ੍ਹਣ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਨੇ। ਪਰ ਪਹਿਲਾਂ ਇਹ ਫੈਸਲਾ ਲਿਆ ਜਾਵੇਗਾ ਕਿ ਜੇ ਸਰਕਾਰ ਮੈਰਿਜ ਪੈਲਸ ਖੋਲ੍ਹਦੀ ਹੈ ਤਾਂ ਕਿੰਨੇ ਲੋਕਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਰੈਸਟੋਰੈਂਟ ਵਿੱਚ ਉਹਨਾਂ ਦੇ ਬੈਠਣ ਦੀ ਕੀ ਯੋਗਤਾ ਹੋਵੇਗੀ। ਇਹ ਸਭ ਕੁਝ ਤਿਆਰ ਕੀਤਾ ਹੁਣ ਜਾ ਰਿਹਾ। ਸਰਕਾਰ ਹੁਣ ਇਹਨਾਂ ਮੈਰਿਜ ਪੈਲਸ ਖੋਲ੍ਹਣ ਤੋਂ ਪਹਿਲਾਂ ਇਹਨਾਂ ਨੂੰ 3 ਸ਼੍ਰੇਣੀਆਂ ਦੇ ਵਿੱਚ ਵੱਡੇਗੀ। ਛੋਟੇ ਮੈਰਿਜ ਪੈਲਸ ਜਿਨ੍ਹਾਂ ਦੇ ਵਿੱਚ 50 ਲੋਕਾਂ ਦਾ ਇਕੱਠ ਹੁੰਦਾ, ਉਸ ਤੋਂ ਬਾਅਦ ਵੱਡੇ ਮੈਰਿਜ ਪੈਲਸ ਜਿਨ੍ਹਾਂ 'ਚ 150 ਲੋਕਾਂ ਦਾ ਇਕੱਠ ਹੁੰਦਾ, ਅਤੇ ਉਸ ਤੋਂ ਬਾਅਦ ਤੀਜੀ ਸ਼੍ਰੇਣੀ ਜਿਹੜੀ ਹੈ ਜਿਹਦੇ ਵਿੱਚ 200 ਤੋਂ ਵੱਧ ਜਿਹੜੇ ਲੋਕ ਜਾ ਕੇ ਬੈਠ ਸਕਦੇ ਨੇ। ਸੋ ਮੈਰਿਜ ਪੈਲਸਾਂ ਵਿੱਚ ਸਮਾਜਿਕ ਦੂਰੀ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਬਹੁਤ ਜ਼ਿਆਦਾ ਲਾਜ਼ਮੀ ਹੋਵੇਗੀ, ਕਿਉਂਕਿ ਮੈਰਿਜ ਪੈਲਸਾਂ ਦੇ ਖੁੱਲ੍ਹਣ ਦੇ ਨਾਲ ਸਰਕਾਰ ਦਾ ਜੋ ਮਾਲੀਆ ਉਹ ਵੀ ਵਧੇਗਾ। ਮੈਰਿਜ ਪੈਲਸਾਂ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਖਾਣੇ ਦੇ ਛੋਟੇ ਕਾਊਂਟਰ ਖੋਲ੍ਹੇ ਜਾਣਗੇ। ਸਰਕਾਰ ਰਾਜ ਵਿੱਚ ਹੋਟਲ ਅਤੇ ਰੈਸਟੋਰੈਂਟ ਦੇ ਉਦਘਾਟਨਾਂ ਵਾਸਤੇ ਮੰਥਨ ਵੀ ਕਰ ਰਹੀ ਹੈ, ਕਿਉਂਕਿ ਤਾਲਾਬੰਦੀ ਕਾਰਨ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਅਤੇ ਇਹਦੇ ਲਈ ਸਰਕਾਰ ਇੱਕ ਰਣਨੀਤੀ ਨੂੰ ਤਿਆਰ ਕਰਨ ਵਿੱਚ ਜੁਟੀ ਹੋਈ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਲੋਕਾਂ ਨੂੰ ਅੱਧੀ ਜਨਸੰਖਿਆ ਦੇ ਹਿਸਾਬ ਨਾਲ ਬਿਠਾਉਣ ਅਤੇ ਰੈਸਟੋਰੈਂਟ ਵਿੱਚ ਅਜਿਹੀ ਤਿਆਰੀਆਂ ਕਰਨ ਦੀ ਤਿਆਰੀ ਦੇ ਵਿੱਚ ਹੈ ਜਿਸ ਵਿੱਚ ਹੋਟਲ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਲਾਗ ਲੱਗਣ ਦਾ ਖਤਰਾ ਨਾ ਹੋਵੇ। ਹੋਟਲ ਦੇ ਵਿੱਚ ਪੂਰੀ ਸਫਾਈ ਦਾ ਧਿਆਨ ਰੱਖਿਆ ਜਾਊਗਾ। ਹਰੇਕ ਬੰਦੇ ਦੇ ਬੈਠਣ ਵਾਸਤੇ ਪੁਖਤਾ ਇੰਤਜ਼ਾਮ ਇਹਨਾਂ ਹੋਟਲ ਅਤੇ ਰੈਸਟੋਰੈਂਟਾਂ ਵਿੱਚ ਕੀਤੇ ਜਾਣਗੇ। ਗਰੀਬ ਕਿਸਾਨਾਂ ਦੀ ਸਹਾਇਤਾ ਕਰਨ ਵਾਸਤੇ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਉਹਨਾਂ ਖਾਤਿਆਂ ਵਿੱਚ 6,000 ਰੁਪਏ ਭੇਜਦੀ ਹੈ। ਇਹ ਰਕਮ 2,000 ਦੀਆਂ ਕਿਸ਼ਤਾਂ ਦੇ ਵਿੱਚ ਕਿਸਾਨਾਂ ਤੱਕ ਪਹੁੰਚੀ ਜਾਂਦੀ ਹੈ। ਦੇਸ਼ ਵਿੱਚ ਪਹਿਲੀ ਵੱਡੀ ਤਾਲਾਬੰਦੀ ਦੀ ਘੋਸ਼ਣਾ ਤੋਂ ਤੁਰੰਤ ਬਾਅਦ ਕਿਸਾਨਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਭੇਜ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਅਤੇ ਉਹਨਾਂ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਇਹ ਯੋਜਨਾ ਦਾ ਬਜਟ 75,000 ਕਰੋੜ ਰੁਪਏ ਦਾ। ਮੋਦੀ ਸਰਕਾਰ ਸਾਲਾਨਾ 14 ਕਰੋੜ 50 ਲੱਖ ਜਿਹੜੇ ਕਿਸਾਨ ਨੇ ਇਹਨਾਂ ਨੂੰ ਪੈਸੇ ਦੇਣਾ ਚਾਹੁੰਦੀ ਆ, ਪਰ ਹੁਣ ਤੱਕ ਸਿਰਫ 9 ਕਰੋੜ 75 ਲੱਖ ਜਿਹੜੇ ਕਿਸਾਨ ਆ ਇਹਨਾਂ ਨੂੰ ਇਸ ਸਕੀਮ ਦਾ ਲਾਭ ਮਿਲਿਆ। ਤਾਲਾਬੰਦੀ ਦੇ ਵਿੱਚ ਕਿਸਾਨਾਂ ਨੂੰ 19,000 ਕਰੋੜ ਰੁਪਏ ਤੋਂ ਵੱਧ ਉਹਨਾਂ ਦੇ ਖਾਤਿਆਂ ਵਿੱਚ ਭੇਜੇ ਜਾ ਚੁੱਕੇ ਨੇ। ਜ਼ਿਆਦਾਤਰ ਲਾਭਪਾਤਰੀ ਇਸ ਸਕੀਮ ਦੇ ਅਧੀਨ ਪੈਸੇ ਉਹਨਾਂ ਨੂੰ ਮਿਲ ਰਹੇ ਨੇ, ਪਰ ਜੇਕਰ ਕਿਸੇ ਨੂੰ ਪੈਸੇ ਨਹੀਂ ਮਿਲੇ ਤਾਂ ਤੁਸੀਂ ਆਪਣੇ ਲੇਖਾਪਾਲ ਜਾਂ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਨਾਲ ਜਾ ਕੇ ਸੰਪਰਕ ਕਰ ਸਕਦੇ ਹੋ। ਅਤੇ ਕਿਸਾਨਾਂ ਕੋਲ ਖੇਤੀਬਾੜੀ ਵਿਭਾਗ ਨਾਲ ਸਿੱਧਾ ਸੰਪਰਕ ਕਰਨ ਦੀ ਸਹੂਲਤ ਹੈ। ਜੇ ਤੁਹਾਨੂੰ ਇਹਨਾਂ ਵਿੱਚੋਂ ਕਿਸੇ ਵੀ ਜਗ੍ਹਾ 'ਤੇ ਸਹਾਇਤਾ ਨਹੀਂ ਮਿਲਦੀ ਤਾਂ ਤੁਸੀਂ ਖੇਤੀਬਾੜੀ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਦੇ ਉੱਪਰ ਵੀ ਜਾ ਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਹੋ। ਹੁਣ ਕੋਰੋਨਾ ਦੇ ਨਾਲ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਦੇ ਹਾਲਾਤ ਵੀ ਵਿਗੜਨ ਲੱਗ ਪਏ ਨੇ ਅਤੇ ਅੱਜ 111 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਉਣ ਨਾਲ ਸਰਕਾਰ ਨੂੰ ਭਾਜੜਾਂ ਪੈ ਗਈਆਂ ਨੇ। ਇਹਦੇ ਨਾਲ ਹੀ ਮਰੀਜ਼ਾਂ ਦੀ ਕੁੱਲ ਗਿਣਤੀ ਹਰਿਆਣੇ ਦੇ ਵਿੱਚ 2,202 ਪਹੁੰਚ ਚੁੱਕੀ ਹੈ। ਸੂਬੇ ਦੇ ਸਿਹਤ ਬੁਲੇਟਿਨ ਦੇ ਮੁਤਾਬਕ ਕੋਵਿਡ-19 ਦੇ ਕੇਸ ਗੁਰੂਗ੍ਰਾਮ ਦੇ ਵਿੱਚ 48, ਫਰੀਦਾਬਾਦ 'ਚ 6, ਸੋਨੀਪਤ 'ਚ 13, ਨੂੰਹ ਦੇ ਵਿੱਚ 2, ਪਲਵਲ 'ਚ 11, ਜੀਂਦ 'ਚ 2, ਫਤਿਹਾਬਾਦ 'ਚ 2, ਰੋਹਤਕ 'ਚ 14, ਹਿਸਾਰ 'ਚ 13 ਦਰਜ ਕੀਤੇ ਗਏ ਨੇ ਅਤੇ ਹਰਿਆਣੇ ਦੇ ਵਿੱਚ ਸਰਗਰਮ ਕੇਸਾਂ ਦੀ ਕੁੱਲ ਗਿਣਤੀ ਜੋ ਇਸ ਵਕਤ 1,131 ਹੈ ਅਤੇ 20 ਵਿਅਕਤੀਆਂ ਦੀ
इस बीमारी के नाल मौत हो चुकी है। इस तों इलावा कैथल दे विच बीमारी के 10 नवे केस आउण नाल उस इलाके दे विच कुल केसां दी गिणती 23 हो चुकी है। तो नवे केस कस्बे के वख-वख इलाकियां दे विचों सामने निकल के आए ने। CMO डॉक्टर राकेश साहिल ने दस्सिया कि संक्रमितां दे सैंपल शनिवार भेजे गए सी ते सोमवार नूं इन्हां दी रिपोर्ट मिली है। कोरोना वायरस के प्रभाव को रोकने वास्ते देश भर के मार्च महीने तो हुण तक लॉकडाउन चल रहा, पर हुण पहलां दे मुकाबले कुछ शर्तां दे नाल लॉकडाउन दे विच ढिल दित्ती जा रही है, जिस दे तहत हुण फिल्मां ते टीवी सीरियल की शूटिंग नूं दुबारा शुरू किया जा सकेगा। लॉकडाउन कारण इस उत्ते तालाबंदी लगी हुई सी ते हुण महाराष्ट्र सरकार ने कुछ गाइडलाइनां दे नाल शूटिंग दुबारा शुरू करन दी आग्या दे दित्ती है। इस विच फिल्मां ते टीवी सैट्स के उपर पाबंदियां लगाईआं गईआं ने, पर जिस विच उन्हां लोकां नूं पालना करनी पवेगी जो इत्थे काम करनगे। इहदे दिशा निर्देशां दे अनुसार 65 साल की उम्र तो ज़्यादा उम्र वाले व्यक्ति, गर्भवती महिलावां, एक्टर जां फिर स्टाफ दे पार्टनर आदि सैट ते नहीं आ सकणगे। हर सैट ते एंबुलेंस डाक्टर ते नर्स दा होना जरूरी होवेगा ते किसे नूं भी कोरोना पॉजिटिव निकल तो बाद तुरंत इलाज करवाना होवेगा। इस तों इलावा सैट ते किसे नाल हथ नहीं मिला सकदे, इहदे नाल नाल किसे नूं गल नहीं तुसीं मिल सकदे ते इह सब चीज़ दे उपर मनाही है। ते किसे दूरी ते मेकअप की गल की जाए तो मेकअप का इस्तेमाल करन ते भी मनाही की गई है। दे नाल ही कपड़िया की सफाई रोजाना होनी चाहिए है। तो सैट के उपर इस्तेमाल होने वाले समान की वरतों जो है वह घट तो घट की जानी चाहिए है। सैट के हर प्रकार की सफाई रखनी बहुत ज़्यादा जरूरी होगी। एक टेंट के घट्टो घट 5 लोगों तो ज़्यादा नहीं रह सकते। फिल्म तो सीरीयल के वे जो लोग ने उन्होंने विआह के जो ईवेंट के जो प्रोग्राम शूट होने हैं उन्होंने उपर प्रोपर मनाही की गई है। ਇਹਦੇ ਨਾਲ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਣਾ ਪਵੇਗਾ। ਮਹਾਰਾਸ਼ਟਰ ਦੇ ਫਿਲਮ ਜਗਤ ਦੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਤੇ ਹੁਣ ਪੰਜਾਬ ਦੇ ਵਿੱਚ ਵੀ ਫਿਲਮ ਇੰਡਸਟਰੀ ਪੂਰੀ ਤਰ੍ਹਾਂ ਬੰਦ ਪਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਫਿਲਮ ਇੰਡਸਟਰੀ ਨੂੰ ਵੀ ਜਲਦ ਹਰੀ ਝੰਡੀ ਦੇ ਸਕਦੇ ਨੇ। ਕੇਂਦਰ ਦੀ ਮੋਦੀ ਸਰਕਾਰ ਨੇ 2 ਨੂੰ 1 ਸਾਲ ਪੂਰਾ ਹੋਣ ਜਾ ਰਿਹਾ ਤੇ ਕੈਬਨਿਟ ਦੀ ਪਹਿਲੀ ਬੈਠਕ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੁਲਾਕਾਤ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸਰਕਾਰ ਸਹਿਬੇ ਨਿਰਭਰ ਭਾਰਤ ਤੇ ਜ਼ੋਰ ਦੇ ਰਹੀ ਹੈ ਤੇ ਸੰਕਟ ਵਿੱਚ MSME ਦੀ ਮਦਦ ਕਰੇਗਾ ਤੇ ਉਹਨਾਂ ਨੇ ਕਿਹਾ ਕਿ MSME ਦੀ ਲੋੜੀਂਦੀ ਫੰਡ ਜਿਹੜੇ ਕਿ ਦਿੱਤੇ ਜਾਣਗੇ। ਇਸ ਮੌਕੇ ਤੇ ਮਜ਼ਦੂਰਾਂ ਵਾਸਤੇ ਫੈਸਲੇ ਲਏ ਗਏ ਨੇ। ਮੰਤਰੀ ਮੰਡਲ ਨੇ 14 ਸਾਉਣੀ ਦੀਆਂ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ MSP ਜੋ ਉਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਿਸਾਨਾਂ ਨੂੰ ਲਾਗਤ ਤੋਂ ਘੱਟੋ ਘੱਟ 50% ਤੋਂ 83% ਵੱਧ ਭਾਅ ਦੇਣ ਦੀ ਗੱਲ ਕੀਤੀ ਹੈ। ਮੰਤਰੀ ਮੰਡਲ ਦੀ ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਫੜੀ ਵਾਲਿਆਂ ਨੂੰ 10,000 ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। ਇਹਦੇ ਨਾਲ 50 ਲੱਖ ਫੜੀ ਲਾਉਣ ਵਾਲੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਦੇਸ਼ ਵਿੱਚ ਫਸਲ ਦਾ ਬਹੁਤਾ ਵੱਡਾ ਉਤਪਾਦਨ ਹੁੰਦਾ ਹੈ ਤੇ ਹੁਣ ਤੱਕ 360 ਲੱਖ ਮੀਟ੍ਰਿਕ ਟਨ ਕਣਕ ਜਿਸ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ ਦਾਲਾਂ ਤੇ तेल बीज की खरीद जारी है। तो 14 फसलों का समर्थन मुल दे जो सिफारिश है स्वीकार कर लती गई। तो मंत्रीमंडल ने 14 फसलों के समर्थन मुल वास्ते खेती लागत ते कीमत कमीशन दी सिफारिशों के उपर भी विचार किया। इस खबर नाल किसान समुदाय दे विच काफ़ी वड्डा खुशी जो देखने को मिल रही है। श्री अकाल तख्त साहब के कार्यकारी जथेदार सिंह साहब ज्ञानी हरप्रीत सिंह ने 6 जून में मनाए जाने वाले घल्लूकारा दिवस संबंध अज कौम के नाम संदेश दिता। जथेदार ने घल्लूकारा दिवस शांति से सद्भावना मनाने की अपील की है। तो इतने पत्रकार गलबात करदिया सिंह साहब ने कहा कि 6 जून 1984 घल्लूकारा सिख मानसिकता से गहरा जख्म है तो भरपाई कदें भी नहीं हो सकेगी। पर उन्होंने कहा कि हर साल सिख कौम 6 जून घल्लूकारा दिवस वजो मनाती है। इस बार भी 6 जून 6वें पातशाह साहेब श्री हरगोबिंद साहब जी का प्रकाश पुरब भी मनाया जा रहा है। तो सिंह साहब ने कहा कि भारत सरकार ने 8 जून तो धार्मिक स्थान खोलन का ऐलान किया जिस दे नाल वड्डी गिणती संगता 6 तरीक नूं सचखंड श्री हरिमंदर साहब विखे पहुँचने की संभावना जाप रही है। तो उन्होंने कहा कि संगतां नूं अपील की जाती है कि श्री अकाल तख्त साहब समेत हर जगह जिथे घल्लूकारा दिवस मनाया जा रहा है उत्थे शांति ते सद्भावना नाल इस दिवस नूं मनाया जाना चाहिए ता जो कौम दे शहीदां नूं याद किया जा सके। लॉकडाउन 5 दे नाल 8 ट्रेनों की
शुरुआत हो चुकी है। लुधियाना च ट्रेनां दा स्टॉपेज होवेगा। लुधियाना रेलवे स्टेशन दे स्क्रीनिंग करके यात्रियों रेल गड्डी विच भेजा जाएगा। इस मौके दे लोकां ने कहा कि वह वड्डी तादाद विच अपनियां टिकटां कैंसल करवाउण वास्ते आ रहे हैं क्योंकि फैक्ट्रियां मुड़ शुरू हो चुकियां ने। उत्थे कुछ क लोग अजे भी ने जो अपनी रिजर्वेशन करवाने वास्ते ट्रेनों के सफर कर जा रहे सन। लोगों ने दसिया कि वड्डी तादाद विच वह अपन टिकटां कैंसल करवाने वास्ते लुधियाना रेलवे स्टेशन के उपर आए हुए हैं। तो उन्होंने कहा कि ट्रेना जो अज चलनिया सी काफ़ी चल भी चुकिया ने। तो उधर दूजे पासे लुधियाना रेलवे स्टेशन के डायरैक्टर पाठक ने दसिया कि 8 ट्रेना की शुरुआत की जा रही है जिस विच स्टेशन तो ही स्क्रीनिंग करन तो बाद यात्रियों ट्रेन में बिठाया जाएगा। उन्होंने ये भी दसिया कि यह सिर्फ उन्हां यात्रियों लिए चलाईया गई ने जो पहला तो अपनी रिजर्वेशन करवाए हुए ने जिन्होंने टिकटा पहले बुक करवाइया हुई। तो नाल ही स्टेशन डायरैक्टर ने भी दसिया कि उन्हां वल्लों टिकटा काउंटर इस करके खोले गए ने सिर्फ जो रिफंड वास्ते लोग इत्थे आ रहे हैं जां फिर रिजर्वेशन लैण वास्ते जो लोग इत्थे पहुँच रहे उन्हां वास्ते ये काउंटर खोले गए हैं। उन्होंने दसिया कि रेल में सोशल डिस्टेंसिंग रख के यात्रियों को बिठाया जा रहा है। बटाला के शिवनगर मोहल्ले में वापरी घटना। एक घर के चिट्टे दिन डाका मार के वारदात के अंदर मौजूद लड़की बंधक बना के लुटेरिया ने लुट की घटना अंजाम दिता है। दसिया जा रहा कि 3 नौजवानों ने 2 औरतों ने लुट ली घटना तो अंजाम दिता है। तो ये वारदात जो हुई है तो घर में मौजूद एक लड़की तो माता पिता सन उसके माता पिता ड्यूटी पर गए हुए सन तो वह बैंक के ड्यूटी कर रहे दोवें पति पत्नी उत्थे ही लुटेरिया ने 11,000 रुपये की जो नकदी के करीब 1.5 लाख रुपये का सोना लैके घरों फरार हो गए। तो मौके पर पहुंची पुलिस ने जिथे इंचार्ज मुख्तियार सिंह ने दसिया कि उन्होंने सूचना मिलते ही वह मौके पर पहुँच गए हैं। तो इस पूरे मामले की छानबीन कर रहे हैं। गुरदासपुर तो साढ़े पत्रकार जतेंद्र कुंदल ने थाना इंचार्ज मुख्तियार सिंह के नाल गलबात की। आओ जानते हैं कौन है तो किमें ये जी घटना अंजाम दिता गया। मेरे घर कली रहनी है, मम्मा पापा ड्यूटी करते, मेरे सर्विस मैन गवर्नमेंट इंप्लॉय ने 3 बंदे सके, एक लेडी तो एक कुड़ी सी। उन्होंने आ के जबरदस्ती की साढ़े घर, फिर मार कुट के समान जोड़ा सा चोरी करके लैके गए। तो मैनू अंदर वो डक गए। हाँ जी, मैंने धमकी दी है। पहला उन्होंने आके पूछा कि तेरे कमरे कितने, अंडरग्राउंड कितने, तेरी पेटी कितने पई हुई है। सारा उन्होंने मतलब भेद सेगा, किसी कोई आया हुआ सेगा पहले। फिर उन्होंने मैंने पूछा, फिर जाके सारे कमरे वगैरह खोले, सारी अलमीरा वगैरह सब कुछ खोलिया। फिर बाद में जान लगे कह गए कि जो तुम पुलिस को बुलाया अद्धे घंटे तक, तो फिर असी तेरे मम्मी से तेरा ब्रदर आंदा अमृतसर तो पहुँची ऐसी गड्डी जी राह चकवा देनी है, उन्होंने राह ही मार दूंगे इदा मैंने धमकाया। तो मेरे उन्होंने कोई हथियार से उन्होंने मेरी धोन पर रख्या, तो एक बंदे ने मेरा फेस जरा साइड में टिल्ट किया है कि मैं फेस ना देखा जो ना वेखा की कर रही हूँ। नुकसान काफ़ी हो गया, पैसे भी साढ़े काफ़ी लै गए हैं, 11,000 तो ज़्यादा गया पैसा, सोना भी गया तो चांदी के सिक्के पे। सोना मैं नहीं पता, मम्मा नहीं पता। 1.5 लाख तो थोड़ा ऊपर ही है, फिर काफ़ी ज़्यादा इन्फॉर्मेशन मिली भी इतने घर के दिन समय चोरी हुई है, असं आए हैं, उन्होंने छानबीन की जा रही है जिड़ी जिड़ी चीज़ की, बाकी जो होर है फिंगरप्रिंट एक्सपर्ट भी बुलाए ने, सारिया चीज़ा सामने लिया गई बनी कार्रवाई की जाए, वो सारा वेरीफाई कर रहे हैं जो दसिया तो ही उन्होंने, बाकी अलगे CCTV कैमरे है अपन देख रहे हैं सारा थोड़ा सारा ठीक। अरे छानबीन कर रहा है, कोई 7-8 हज़ार रुपया दसते घर चो, कोई 2 मंगा सोने दी वा, बाकी देख रहे साड़ियाँ टीम लगे पता लग नहीं, हले नहीं, हले इन्वेस्टिगेशन चेक नहीं कर पता, मैं छानबीन करा अगले आए हैं मौके पर, तो देख रहे सारा बाहर पहलू में देख के जे कोई गल सामने। पंजाबी गुणा अज दियां वड्डियां खबरां, होर खबरां देखणियां सुणनियां पढ़नियां तां बने रहो आज न्यूज़ वाला दे नाल। सरदार गुरजीत सिंह, हर समस्या का समाधान घर बैठे करवाओ। मनचाया कम, कारोबार विच रुकावट, वशीकरण करवाना जा तुड़वाना, लव मैरिज किता करवाया, संतान हीनता, सस नूं अते पति पत्नी च अनबन, गुप्त रोग, कोर्ट केस, तलाक करवाना जा ना करवाना, खो चुका प्यार, प्यार विच धोखा, सोतन जा दुश्मन तो छुटकारा, हर समस्या दा घर बैठे समाधान करवाओ। सरदार गुरजीत सिंह, अच्छी फोन करो